भी 90% लोगों को चलाना नहीं आता है। क्यों नहीं आता? क्योंकि मतलब भी कंट्रोल होया अग का कितना कंट्रोल होया सुपर चलो तो है नहीं कोई कोई दिक्कत नहीं कोई सुंडी नहीं पैंदी पिछे कहंदे सुंडी पैंदी है इहनू मैनूं 3 साल हो गए वीर वीर दा रूटा बिटना ओह डिगदी ओह डिग रही है ये वीरे टॉप लोच भी चल पैंदा है पहले मीडिया च भी चलता है कोई चक्कर नहीं है मतलब ये दा पूरा सैट चलता जमा धड़कदा नहीं पराली दे धुएं नूं लैके कई सालों तो अपना पंजाब बदनाम है दोस्तों उन्हूं रोकण दे लई सरकार तरह तरह के उपराले कर रही है उन्हां दे विच्चों इक है सुपर सीडर ते सुपर सीडर अपने मनसूबे दे विच कामयाब नहीं होया क्योंकि लोग अपने अग ला के फिर सुपर सीडर चला दिंदे ने उपरली लूज पराली डब्बी नाल फूक दिंदे ने अज आपां बिना अग लगी वाले च सुपर सीडर तुहानूं चला के दिखाउणा स्वराज 969 एफी ट्रैक्टर दे उत्ते जसवंत 513 सुपर सीडर तुहानूं चला के दिखावांगे भी किन्नी क इहदी परफॉर्मेंस आउंदी आ किन्नी क सफाई दिंदा भी बिना अग लगी वाले च कोई काम करदा वधिया जां नहीं कर सब तों पहला सत श्री अकाल वीरे सत श्री अकाल भाई भाई कदों तों आपां इह कंपनी नाल जुड़े कदों लैता इह सुपर सीडर 23 मॉडल है ਹੈਗਾ ਤਾਂ ਬਈ 23 ਮਾਡਲ ਨੂੰ ਜੋੜੇ ਆਪਾਂ ਇਹਨਾਂ ਨਾਲ ਪਹਿਲਾਂ ਤੋਂ ਹੀ ਚੱਲ ਰਹੇ ਹਾਂਗੇ ਠੀਕ ਹੈ ਹਾਂ ਆਪਣੇ ਕੋਲ 22 ਮਾਡਲ ਵੀ ਸੀਗਾ 22 ਸੀ ਉਹ ਵਿੱਚ ਦੇ ਇੱਕ 23 ਲਿਆਂਦਾ ਉਹ ਵਿੱਚ ਦੇ ਇੱਕ 23 ਲਿਆਂਦਾ ਹੈਗਾ ਤੇ 22 ਤੇ 23 ਦਾ ਆਪ ਦੇ ਵਿੱਚ ਕਿੰਨਾ ਕੁ ਫਰਕ ਹੈ ਨਹੀਂ ਫਰਕ ਤਾਂ ਜ਼ਿਆਦਾ ਕੋਈ ਨਹੀਂ ਆਇਆ ਬਈ ਬਸ ਉਹਨਾਂ ਨਾਲ ਪ੍ਰੇਮ ਬਣਿਆ ਹੈ ਵਧੀਆ ਆਪਣਾ ਤਾਂ ਕਰਕੇ ਵੀ ਚਲੋ ਨਵੀਂ ਲੈ ਚੱਲਦੇ ਆ ਠੀਕ ਹੈ ਵੀ ਉਹ ਜਿਹੀ ਜੀ ਕਸਾਈ ਹੋ ਉਹਨਾਂ ਦਾ ਮੁੱਲ ਮੋੜ ਹੋਊਗਾ ਤੇ ਜਿਵੇਂ ਬਾਈ ਇਹ ਟਰੈਕਟਰ ਹੈ 969 ਇਹਦੇ ਉੱਤੇ ਕਿਵੇਂ ਫਿੱਟ ਬੈ ਗਿਆ ਸੁਪਰ ਸੀਡਰ ਪੂਰਾ ਫਿੱਟ ਬੈਠਾ ਵੀਰੇ ਤੇ ਬਾਈ ਜ਼ਿਆਦਾਤਰ ਲੋਕ ਤਾਂ ਹਨਾ ਥੋਤੋਂ ਅੱਗ ਲੱਗੀ ਵਾਲੇ ਚੀ ਵਜਾਉਂਦੇ ਹੋਣਗੇ ਉੱਥੇ ਕਿਹੜੇ ਗੇਅਰ 'ਚ ਚੱਲਦਾ ਇਹ ਵੀਰੇ ਟਾਪ ਲੋਚ ਵੀ ਚੱਲ ਪੈਂਦਾ ਹੈ ਪਹਿਲੇ ਮੀਡੀਅਮ 'ਚ ਵੀ ਚੱਲਦਾ ਕੋਈ ਚੱਕਰ ਨਹੀਂ ਹੈਗਾ ਮਤਲਬ ਤੇ ਚੱਕਰ ਆਰ ਪੀ ਐਮ ਵਗੈਰਾ ਡਰੌਪ ਕਰਦਾ ਨਹੀਂ ਨਹੀਂ ਜਮੀ ਨਹੀਂ ਡਰੌਪ ਡਰੂਪ ਤਾਂ ਜਮੀ ਨਹੀਂ ਕਰਦਾ ਹੈਗਾ ਜੀ ਜੇ ਤੇ ਜਿਵੇਂ ਚੱਲਦਾ ਦੇਖਿਆ ਨਾ ਉਹ ਉਹ ਚੀਜ਼ ਤਾਂ ਹੈ ਹੀ ਨਹੀਂ ਵੀ ਸੁਪਰ ਸੀਡਰ ਕੜ ਕੜ ਜੇ ਕਰੀ ਜਾਂਦਾ ਜਾਂ ਬਾਜ ਜੀ ਦਿਖਾਈ ਜਾਂਦਾ ਆਪਣੇ ਨਹੀਂ ਨਹੀਂ ਭਾਈ ਇਹਦਾ ਪੂਰਾ ਸੈੱਟ ਚੱਲਦਾ ਜਮਾਂ ਧੜਕਦਾ ਨਹੀਂ ਪੂਰਾ ਵਧੀਆ ਸੁਪਰ ਸੀਡਰ ਹੈ ਐਵੇਂ ਕਹਦੀ ਤੇ ਰੈਲਾ ਵਗੈਰਾ ਕਿਵੇਂ ਦੂਜਿਆਂ ਦੇ ਮੁਕਾਬਲੇ ਵੀ ਰੈਲਾ ਚੱਲਦਾ ਵਧੀਆ ਜਾਂ ਇੱਕ ਇੱਕ ਹੁੰਦਾ ਵੀ ਲੋਹੇ ਹੀ ਥੱਪਿਆ ਹੋਇਆ ਵੀ ਨਹੀਂ ਨਹੀਂ ਬਾਈ ਜ਼ੋਰ ਬਾਲਾ ਲਵਾਉਂਦਾ ਉੱਤੋਂ ਸੋਹਣਾ ਬਾਲਾ ਨਹੀਂ ਨਹੀਂ ਬਾਈ ਵਧੀਆ ਰੈਲਾ ਚੱਲਦਾ ਤੁਸੀਂ ਆਪ ਵੀ ਵੀਡੀਓ 'ਚ ਦੇਖੋਗੇ ਹਾਂ ਹਾਂ ਕਿਵੇਂ ਚੱਲਦਾ ਹੈਗਾ ਪੂਰਾ ਸਫਾਈ ਹੈ ਵਧੀਆ ਵਧੀਆ ਰੈਲਾ ਚੱਲਦਾ ਯਾਰ ਜੀ ਤੇ ਬਾਈ ਆਪਣੇ ਕੋਲੇ ਕਿਹੜਾ ਸੁਪਰ ਸੀਡਰ ਚੱਲ ਰਿਹਾ ਕਿਹੜੇ ਟਰੈਕਟਰ ਤੇ ਇੰਨਾ ਹੀ ਚੱਲਦਾ ਵੀ ਸਮਾਨਤਾ ਦਾ 3630 ਤੋਂ ਚੱਲਦਾ ਹਮ ਨਹੀਂ ਚੱਲੀ ਇੰਨਾ ਤੇ 3630 ਤੇ ਬਾਈ ਕਿਵੇਂ ਕਿਹੜੀ ਗਰਾਰੀ ਪਾਈ ਹੋਈ ਹੈ ਤੁਸੀਂ ਗਰਾਰੀ ਗੁਰੂ ਦੇ ਕੋਪਨੀ ਦੀ ਪਾਈ ਹੋਈ ਨੇ ਬਈ ਪਹਿਲਾਂ ਨਾਟਕ ਗਰਾਰੀ ਚੱਲਦਾ ਸੀ ਉਹੀ ਸੇਮ ਗਰਾਰੀ ਤੇ ਚੱਲੀ ਸੇਮ ਤੇ ਚੱਲੀ ਜਾਂਦਾ ਕੋਈ ਉਹ ਚੇਂਜ ਕਰਨ ਦੀ ਲੋੜ ਨਹੀਂ ਚੇਂਜ ਕਰਨ ਦੀ ਕੋਈ ਲੋੜ ਨਹੀਂ ਤੇ ਬਈ ਕਿਵੇਂ ਇਹਦਾ ਰਿਸਪੌਂਸ ਕਿਵੇਂ ਰਿਹਾ ਵਧੀਆ ਬਈ ਪੂਰਾ ਠੀਕ ਤੇ ਜ਼ਿਆਦਾਤਰ ਤਾਂ ਬਈ ਹਨਾ ਜਿਵੇਂ ਜਿਹੜੀ ਅਸਲ ਸਫਾਈ ਹੈ ਸੁਪਰ ਸੀਡਰ ਦੀ ਸਫਾਈ ਠੀਕ ਹੈ ਤੁਹਾਡੇ ਕੋਲ ਟਰੈਕਟਰ ਵੱਡਾ ਹਨਾ ਇੱਥੇ ਵੀ ਬਹੁਤ ਦੇ ਗਿਆ ਨਹੀਂ ਵੀ ਸੁਪਰ ਐਸਐਮਐਸ ਜਿਵੇਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਵੀ 90% ਲੋਕਾਂ ਨੂੰ ਚਲਾਉਣਾ ਨਹੀਂ ਆਉਂਦਾ ਹੈਗਾ ਕਿਉਂ ਨਹੀਂ ਆਉਂਦਾ ਕਿਉਂਕਿ ਆਪਾਂ ਡੱਬੀ ਲਾਉਣੇ ਆ ਚਲਾ ਦਿੰਨੇ ਆ ਜਿਹੜਾ ਇਹ ਅਸਲ ਬਣਿਆ ਸੁਪਰ ਐਸਐਮਐਸ ਤੋਂ ਬਾਅਦ ਚੱਲਣ ਵਾਸਤੇ ਉੱਥੇ ਸਫਾਈ ਕੋਈ ਵਾਹਨ ਮਿਲਿਆ ਅੱਜ ਤੱਕ ਨਹੀਂ ਬਈ ਐਵੇਂ ਕਹਦੀ ਐਸਐਮਐਸ ਨਾਲ ਤਾਂ ਨਹੀਂ ਕਰਿਆ ਕਦੇ ਮਤਲਬ ਨਹੀਂ ਤੁਸੀਂ ਕਿਰਾਏ ਦਾ ਵੀ ਕੰਮ ਕਰਦੇ ਕੋਈ ਵਾਹਨ ਮਿਲਿਆ ਵੀ ਜਿੱਥੇ ਮੂਰੇ ਐਸਐਮਐਸ ਵੱਜਿਆ ਹੋਵੇ ਨਹੀਂ ਨਹੀਂ ਬਈ ਜ਼ਿਆਦਾਤਰ ਤਾਂ ਲੋਕਾਂ ਨੇ ਐਵੇਂ ਕਹਦੀ ਇਹ ਪੱਲੇ ਤੇ ਹੀ ਹੋ ਕੇ ਚੱਲੀ ਆ 26 ਨਾਲ ਹੀ ਚੱਲੀ ਗਿਆ ਮਨ ਕੇ ਅੱਗੀ ਲਈ ਆ ਹਾਂ ਅੱਗੀ ਲਈ ਆ ਨਾ 26 ਸੇਖੇ ਵੀ ਜੀ ਤਵੀ ਮਾਰ ਕੇ ਪਾਹੀ ਪਿਛੇ ਵਿੱਚੀ ਲੱਦ ਲੱਦ ਵਿੱਚ ਚੱਲੀ ਜਾਂਦੇ ਨੇ ਤੇ ਬਈ ਜ਼ਿਆਦਾਤਰ ਤਾਂ ਜਿਵੇਂ ਦੇਖਦੇ ਆ ਵੀ ਸੁਪਰ ਐਸਐਮਐਸ ਨੂੰ ਲੋਕ ਹਲੇ ਵੀ ਤਰਜੀਹ ਨਹੀਂ ਦੇ ਰਹੇ ਵੀ ਜਿਹਦੇ ਕਰਕੇ ਵੀ ਅੱਗ ਲੱਗਣੀ ਬੰਦ ਹੋ ਜੇ ਨਾ ਸਰਕਾਰ ਦਾ ਉਸ ਪਾਸੇ ਧਿਆਨ ਹੈ ਕੋਈ ਵੀ ਉਹਦੇ ਉੱਤੇ ਰੌਲਾ ਨਹੀਂ ਪੈ ਰਿਹਾ ਮੇਨ ਰੌਲਾ ਪੈ ਰਿਹਾ ਸੁਪਰ ਸੀਡਰ ਦੀ ਸਬਸਿਡੀ ਤੇ ਸਬਸਿਡੀ ਬਾਈ ਤੁਹਾਡੀ ਆਈ ਸੀ ਜਾਂ ਹਾਂ ਬਾਈ ਬਿਨਾਂ ਸਬਸਿਡੀ ਤੋਂ ਲਈ ਇਹ ਸਬਸਿਡੀ ਆਈ ਦੀ ਵਿੱਚ ਠੀਕ ਹੈ ਫਾਈਲ ਅਪਲਾਈ ਕੀਤੀ ਹੋਈ ਸੀ ਇਸ ਵਾਰ ਸਬਸਿਡੀ ਨਿਕਲੀ ਤੇ ਬਾਕੀ ਬਾਈ ਰੇਟ ਵਗੈਰਾ ਦੇ ਵਿੱਚ ਵੀ ਹਨਾ ਦੂਜਿਆਂ ਨਾਲੋਂ ਫਰਕ ਇਹਨਾਂ ਦਾ ਵਾਜਬ ਹੈ ਤੇ ਚੱਲਣ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ 969 ਦੇ ਉੱਤੇ ਤੁਹਾਨੂੰ ਸਪੈਸ਼ਲ ਪਰਾਲੀ ਵਾਲੀਆਂ ਲੈਣਾ ਦੇ ਵਿੱਚ ਹੀ ਬਿਨਾਂ ਪਰਾਲੀ ਵਾਲੀਆਂ ਲੈਣਾ ਛੱਡਤੀਆਂ ਬਾਈ ਨੂੰ ਕਹਿ ਕੇ ਸਪੈਸ਼ਲੀ ਉੱਥੇ ਹੀ ਗੇੜੇ ਦਵਾਏ ਨੇ ਵੀ ਪਤਾ ਲੱਗੇ ਵੀ ਸੁਪਰ ਸੀਡਰ ਦੇ ਵਿੱਚ ਕਿੰਨਾ ਕੁ ਕਣ ਕੰਡਾ ਵੀ ਕਿੰਨੀ ਗੱਲਬਾਤ ਹੈਗੀ ਆ ਮਤਲਬ ਸੈਟੀਸਫਾਈਡ ਹਾਂ ਬਾਈ ਕੰਪਨੀ ਹਾਂ ਹਾਂ ਬਾਈ ਪੂਰਾ ਸੈਟੀਸਫਾਈ ਆਂਗੇ ਜੀ ਜਿਵੇਂ ਇਹਦੇ ਤੇ ਗਰਾਰੀ ਕਿਹੜੀ ਚੱਲ ਰਹੀ ਹੈ ਜੀ ਆਪਣੀ 15-20 15-20 ਦੀ ਗਰਾਰੀ ਚੱਲ ਰਹੀ ਆ ਤੇ ਸਫਾਈ ਵਗੈਰਾ ਸਭ ਕੁਝ ਓਕੇ ਟਰੈਕਟਰ ਰੈਲਾ ਵੀ ਚੱਲ ਰਿਹਾ ਤੇਲ ਵੀ ਹਿਸਾਬ ਸਿਰ ਲਗਾ ਰਿਹਾ ਸਾਸਰੀ ਆ ਜੀ ਤੇ 23 ਮਾਡਲ ਤੁਸੀਂ ਇੱਕ ਚੀਜ਼ ਦੱਸੋ ਵੀ ਹੁਣ ਤੁਸੀਂ ਕਿਰਾਏ ਦਾ ਕੰਮ ਕਰਦੇ ਹੋ ਨਾ ਵਧੀਆ ਸੁਲਝੇ ਹੋਏ ਫਾਰਮਰ ਹੋ ਸਾਡੇ ਨਾਲੋਂ ਸਾਰਿਆਂ ਨਾਲੋਂ ਹੀ ਲਗਭਗ ਵਧੀਆ ਉਮਰ ਦੇ ਹੋ ਤੇ ਮਤਲਬ ਵੀ ਕੰਟਰੋਲ ਹੋਇਆ ਅੱਗ ਦਾ ਕਿੰਨਾ ਕੰਟਰੋਲ ਹੋਇਆ ਸੁਪਰ ਸੀਡਰ ਨੂੰ ਨਹੀਂ ਕੰਟਰੋਲ ਵੀ ਰਹਿ ਵੀ ਅੱਗੇ ਉਹਨਾਂ ਕਰਕੇ ਬੜਾ ਬੜਾ ਫੁੱਕੀ ਜਾਂਦੇ ਸੀਗੇ ਉਹਨਾਂ ਤਾਂ ਹੁਣ ਵੀ ਕੱਲੀ ਪਾਲਾਂ ਜਾਂ ਫੁੱਕ ਕੇ ਚਲਾ ਇਹਨਾਂ ਵੇਚ ਜਾਂਦੇ ਭੂਆ ਘੱਟ ਹੁੰਦਾ ਫਿਰ ਮਤਲਬ ਅੱਧੀ ਕਰ ਰੁਕ ਗਈ ਜੇ ਕੋਈ ਜੇ ਐ ਮੰਨ ਕੇ ਚਲੋ ਤੁਸੀਂ ਜਿਹੜੀ ਉੱਪਰਲੀ ਲੱਦਾ ਉੱਪਰਲੀ ਉਹ ਫੂਕ ਅਸੀਂ ਬੀਜ ਰਿਹਾ ਸੁਪਰ ਸੀਡਰ ਜੀ ਤੇ ਜਿਵੇਂ ਆਪਾਂ ਕਹਿ ਲਈ ਵੀ 100% ਹਲ ਤਾਂ ਹੈ ਨਹੀਂ ਕੋਈ ਦਿੱਕਤ ਨਹੀਂ ਕੋਈ ਸੁੰਡੀ ਨਹੀਂ ਪੈਂਦੀ ਪਿੱਛੇ ਕਹਿੰਦੇ ਸੁੰਡੀ ਪੈਂਦੀ ਆ ਇਹਨੂੰ
ਮੈਨੂੰ 3 ਸਾਲ ਹੋ ਗਏ ਵੀਰ ਜੀ ਸੁਪਰ ਸੀਡਰ ਨਾਲ ਹਾਂਜੀ ਕੋਈ ਮਤਲਬ ਹੀ ਨਹੀਂ ਜੀ ਕਿਸੇ ਪਾਸੇ ਕੋਈ 50% ਤੋਂ ਫਰਕ ਹੈਗਾ ਜੀ ਬਾਕੀ ਇੱਕ ਗੱਲ ਤਾਂ ਮੰਨਣੀ ਪਊ ਡਿੱਗਦੀ ਤਾਂ ਹੈ ਜੀ ਥੋੜਾ ਜਿਹਾ ਇਹਨਾਂ ਦੀ ਆ ਡਿਸਕਾ ਨਹੀਂ ਡਿੱਗਦੀ ਹੈਗੀ ਨਹੀਂ ਜੀ ਸੁਪਰ ਸੀਡਰ ਵਾਲੇ ਦਾ ਮਤਲਬ ਹੀ ਨਹੀਂ ਡਿਸਕਾ ਨਹੀਂ ਡਿੱਗਦੀ ਹਾਂ ਡਿਸਕਾ ਵੀ ਨਹੀਂ ਡਿੱਗ ਰਹੀ ਜਿਹੜੀ ਆਪਾਂ ਵੀਜ਼ਾ ਰੂਟਾ ਬੀਟਰ ਨਾਲ ਉਹ ਡਿੱਗਦੀ ਹੈ ਉਹ ਡਿੱਗ ਰਹੀ ਹੈ ਉਹ ਡਿੱਗਦੀ ਸੁਪਰ ਸੀਡਰ ਵਾਲੀ ਉਹ ਚ ਪ੍ਰੋਬਲਮ ਹੋ ਗਈ ਡਿੱਗਦੀ ਹੈਗੀ ਜੇ ਕੋਈ ਵੀ ਡਿੱਗਣਾ ਉਹ ਦੇਖੋ ਜੀ ਠੀਕ ਹੈ ਬਾਕੀ ਵੀਆਂ ਤੇ ਆਈ ਜਿਵੇਂ 87 ਵੀ ਕਹਿੰਦੇ ਨੇ ਉਹ ਵੀ ਕਹੀ ਜਾਂਦੇ ਡਿੱਗਦਾ ਹੈ ਹਵਾ ਚੱਲਦੀ ਜੀ ਲਾ ਦਾਂਗੇ ਤਾਂ ਵੀ ਡਿੱਗੂਗੀ ਕਣਕ ਦਾ ਠੀਕ ਹੈ ਮਤਲਬ ਮਰਜ਼ੀ ਬੀਜ ਲੋ ਫਿਰ ਵੀ ਕੋਈ ਹਰੀ ਹੁਰੀ ਹੋਣ ਵਾਲੀ ਤਾਂ ਪ੍ਰੋਬਲਮ ਹੈ ਨਹੀਂ ਕੋਈ ਚੱਕਰ ਨਹੀਂ ਵੀ ਵਧੀਆ ਸਹੀ ਚੱਲਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ।